ਪੰਜਾਬ ਵਿੱਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਝੋਨੇ ਦੀ ਫਸਲ ਨੂੰ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਫਸਲ ਦੀ ਬਿਜਾਈ ਕਰਨ ਦੇ ਲਈ ਕਾਫੀ ਮਾਤਰਾ 'ਚ ਪਾਣੀ ਖਰਚ ਹੁੰਦਾ ਹੈ। ਇਸ ਕਾਰਨ ਸਰਕਾਰ ਪਾਣੀ ਬਚਾਉਣ 'ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੀ ਹੈ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਝੋਨੇ ਲਾਉਣ ਦੀ ਪ੍ਰੇਰਣਾ ਦਿੱਤੀ ਗਈ ਹੈ। ਸਰਕਾਰ ਦੀ ਸਲਾਹ ਨੂੰ ਮੰਨਦਿਆਂ ਮੋਗਾ ਦੇ ਪਿੰਡ ਤਲਵੰਡੀ ਭਾਗੂਰੀਆਂ ਦੇ ਇੱਕ ਕਿਸਾਨ ਨੇ ਸਿੱਧੀ ਬਿਜਾਈ ਕਰਕੇ 6 ਏਕੜ ਝੋਨੇ ਦੀ ਬਿਜਾਈ ਕੀਤੀ ਹੈ। ਇਸ ਨਾਲ ਉਸਨੇ 54 ਦਿਨ ਵਿੱਚ 62 ਲੱਖ ਲੀਟਰ ਪਾਣੀ ਬਚਾਇਆ ਹੈ। ਇਸ ਤੋਂ ਇਲਾਵਾ ਪੈਸੇ ਅਤੇ ਲੇਬਰ ਦੀ ਪਰੇਸ਼ਾਨੀ ਤੋਂ ਵੀ ਨਿਜਾਤ ਪਾਈ ਹੈ। ਕਿਸਾਨ ਬਲਦੇਵ ਸਿੰਘ ਨੇ ਕਿਹਾ ਹੈ ਕਿ ਉਹ ਪਿਛਲੇ 11 ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਸਿੱਧੀ ਬਿਜਾਈ ਕਰਕੇ ਉਸਨੂੰ ਫਸਲ ਦਾ ਜ਼ਿਆਦਾ ਲਾਭ ਪ੍ਰਾਪਤ ਹੋ ਰਿਹਾ ਹੈ। ਝੋਨੇ ਦੀ ਸਿੱਧੀ ਬਿਜਾਈ ਤਾਂ ਅਸੀਂ ਪਿਛਲੇ ਸਾਲਾਂ ਤੋਂ ਕਰਦੇ ਆ ਰਹੇ ਹਾਂ, ਪਰ ਕੋਈ ਮੰਨਣ ਨੂੰ ਤਿਆਰ ਨਹੀਂ ਸੀਗਾ, ਨਾ ਕੋਈ ਕਿਸਾਨ ਨਾ ਕੋਈ ਯੂਨੀਵਰਸਿਟੀ, ਵੀ ਦੂਜਾ ਪਾਣੀ ਦੀ ਇੰਨੀ ਬੱਚਤ ਹੋ ਸਕਦੀ ਹੈ। ਇਹਦੇ ਕਰਕੇ ਸਾਨੂੰ ਯਾਰ ਕਿ 2 ਮੀਟਰ ਮਿਲੇ ਸੀਗੇ ਮੋਟਰ 'ਤੇ ਲਾਉਣ ਵਾਸਤੇ, ਜਿਹਦੇ ਨਾਲ ਪਤਾ ਲੱਗਦਾ ਸੀ ਵੀ ਕਿੰਨਾ ਪਾਣੀ ਨਿਕਲਿਆ। 1 ਮੀਟਰ ਅਸੀਂ ਲਾਇਆ ਝੋਨੇ ਦੀ ਸਿੱਧੀ ਬਿਜਾਈ ਕੀਤੀ ਆ 6 ਏਕੜ, 1 ਅਸੀਂ ਕੱਦੂ ਕਰਕੇ ਹੋਰ ਕਿਸਾਨ ਦੇ ਆ ਰਾਮ ਸਿੰਘ ਦੇ ਲਾਇਆ ਵਾ, ਉਹ ਲਾਇਆ ਆਪਣਾ ਕੱਦੂ ਕਰਕੇ, ਉਹ ਵੀ 6 ਏਕੜ ਹੈ। ਇਹਦਾ ਕੁੱਲ ਮਿਲਾ ਕੇ 54 ਦਿਨਾਂ ਦਾ ਮੰਨ ਲਓ ਏਰੀਆ ਕੱਢਿਆ ਅਸੀਂ ਪਾਣੀ ਦਾ, 62 ਲੱਖ ਲੀਟਰ ਪਾਣੀ 6 ਏਕੜ ਮਗਰ ਬਚਿਆ। ਅੱਛਾ, ਹੋਰ ਇਹਦੇ 'ਚ ਕੀ ਬੱਚਤ ਕੀ ਹੁੰਦੀ ਹੈ? ਇਹਦੇ 'ਚ ਸਮੇਂ ਦੀ ਬੜੀ ਬੱਚਤ ਹੈ, ਲੇਬਰ ਦੀ ਬੱਚਤ ਹੈ, ਡੀਜ਼ਲ ਦੀ ਬੱਚਤ ਹੈ, ਬਿਜਲੀ ਦੀ ਵੀ ਬੱਚਤ ਹੁੰਦੀ ਬੱਚਤ ਆ। ਜਦੋਂ ਅਸੀਂ ਇਹਨਾਂ ਦੋਨਾਂ ਮੀਟਰਾਂ ਦੀ ਰੀਡਿੰਗ ਨੋਟ ਕੀਤੀ ਆ, ਸ਼ੁਰੂ ਤੋਂ ਲੈ ਕੇ ਸ਼ੁਰੂ ਦੀ ਕੀਤੀ ਸੀ, ਅੱਜ ਅਸੀਂ 54 ਦਿਨ ਬਾਅਦ ਕੀਤੀ ਆ, ਅਤੇ ਤਕਰੀਬਨ ਕੈਲਕੂਲੇਸ਼ਨ ਜਦੋਂ ਕੀਤੀ ਅਸੀਂ, ਤਾਂ 1 ਏਕੜ ਮਗਰ ਸਾਨੂੰ 10 ਲੱਖ ਲੀਟਰ ਪਾਣੀ ਦਾ ਫਰਕ ਨਜ਼ਰ ਆਇਆ, ਵੀ 1 ਕਿੱਲੇ ਮਗਰ 10 ਲੱਖ ਲੀਟਰ ਪਾਣੀ ਘੱਟ ਵਰਤਿਆ ਇਹਨਾਂ ਨੇ, ਬਲਦੇਵ ਸਿੰਘ ਨੇ ਜਿਹੜੀ ਸਿੱਧੀ ਬਿਜਾਈ ਕੀਤੀ ਹੈ। ਇਸ ਨਾਲੋਂ ਜਿਹੜੀ ਝੋਨਾ ਦੂਸਰੇ ਤਰ੍ਹਾਂ ਲਾਇਆ ਗਿਆ, ਟੋਟਲ 6 ਕਿੱਲਿਆਂ 'ਤੇ ਕਿੰਨਾ ਜਿਹੜਾ 6 ਏਕੜਾਂ 'ਤੇ ਤਕਰੀਬਨ 62 ਲੱਖ ਲੀਟਰ ਪਾਣੀ ਦਾ ਫਰਕ ਪਿਆ 54 ਦਿਨ ਦੇ ਵਿੱਚ। ਜੇਕਰ ਸਾਰੇ ਕਿਸਾਨ ਬਲਦੇਵ ਸਿੰਘ ਦੀ ਤਰ੍ਹਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਲੱਗ ਜਾਣ ਤਾਂ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਠੀਕ ਹੋ ਜਾਵੇਗਾ, ਕਿਉਂਕਿ ਝੋਨੇ ਦੀ ਫਸਲ ਲਗਾਉਣ ਲਈ ਪਾਣੀ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ। ਮੋਗਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। ਐਟ ਪਿਰਾਮਿਡ ਦ ਓਨਲੀ ਥਿੰਗ ਦੈਟ ਇਨਸਪਾਇਰਸ ਅਸ ਦ ਮੋਸਟ ਇਜ਼ ਆਰ ਕਸਟਮਰ ਐਂਡ ਵੀ ਆਰ ਟੋਟਲੀ ਕਮਿਟਡ ਟੂ ਦ ਸਕਸੈਸ ਆਫ ਆਰ ਸਟੂਡੈਂਟਸ ਐਂਡ ਕਸਟਮਰਸ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। ਪਿਰਾਮਿਡ ਵੀਜ਼ਾ, ਇੱਕ ਵਧੀਆ ਜ਼ਿੰਦਗੀ।